ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਚੰਗਾ ਸਮਾਂ ਆਉਣ ਦੀਆਂ ਨਿਸ਼ਾਨੀਆਂ ਬਾਰੇ। ਤਾਂ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤਿਆਂ ਪੂਰਾ ਜ਼ਰੂਰ ਸੁਣਿਓ ਜੀ, ਅਤੇ ਜੇਕਰ ਤੁਸੀਂ ਵੀ ਇਹਨਾਂ ਨਿਸ਼ਾਨੀਆਂ, ਇਹਨਾਂ ਸੰਕੇਤਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ। ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਸਭ ਦੇ ਮਨ ਦੇ ਵਿੱਚ ਇਹ ਜਾਣਨ ਦੀ ਚਾਹ ਹੁੰਦੀ ਆ ਵੀ ਸਾਡਾ ਆਉਣ ਵਾਲਾ ਕੱਲ੍ਹ ਕਿਸ ਤਰ੍ਹਾਂ ਦਾ ਹੋਵੇਗਾ, ਸਾਡਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਕੁਝ ਲੋਕ ਆਪਣੇ ਆਉਣ ਵਾਲੇ ਕੱਲ੍ਹ ਨੂੰ ਜਾਣਨ ਦੇ ਲਈ, ਆਉਣ ਵਾਲੇ ਸਮੇਂ ਨੂੰ ਜਾਣਨ ਦੇ ਲਈ ਆਪਣੇ ਹੱਥ ਦਿਖਾਉਂਦੇ ਨੇ ਜਾਂ ਕਈ ਤਰੀਕਿਆਂ ਦੇ ਨਾਲ ਆਪਣਾ ਭਵਿੱਖ ਜਾਣਨ ਦੀ ਕੋਸ਼ਿਸ਼ ਕਰਦੇ ਆ। ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨਾ, ਇਹ ਸੁਣਨ ਤੋਂ ਬਾਅਦ ਸਾਨੂੰ ਕਿਸੇ ਨੂੰ ਆਪਣਾ ਹੱਥ ਨਹੀਂ ਦਿਖਾਉਣਾ ਪੈਣਾ, ਕਿਤੇ ਨਹੀਂ ਜਾਣਾ ਪੈਣਾ, ਘਰ ਬੈਠਿਆਂ ਬੈਠਿਆਂ ਪਤਾ ਲੱਗ ਜਾਵੇਗਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਦਾ ਸਮਾਂ ਆਉਣ ਵਾਲਾ ਹੈ। ਬਲਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਨੂੰ ਸੁਧਾਰ ਵੀ ਸਕਦੇ ਹਾਂ, ਕਿਉਂਕਿ ਇਹ ਸਿਰਫ ਚੰਗਾ ਸਮਾਂ ਆਉਣ ਦੀਆਂ ਨਿਸ਼ਾਨੀਆਂ ਹੀ ਨਹੀਂ ਬਲਕਿ ਆਪਣੇ ਉੱਤੇ ਚੰਗਾ ਸਮਾਂ ਲਿਆਉਣ ਦਾ ਰਾਹ ਵੀ ਆ। ਇਸ ਰਾਹ ਦੇ ਉੱਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ, ਤਰੱਕੀ, ਖੁਸ਼ੀਆਂ ਲਿਆ ਸਕਦੇ ਹਾਂ। ਸਭ ਤੋਂ ਪਹਿਲੀ ਨਿਸ਼ਾਨੀ, ਕਹਿੰਦੇ ਜਦੋਂ ਬੰਦੇ ਦਾ ਮਨ ਖੁਸ਼ ਖੁਸ਼ ਰਹਿਣ ਲੱਗੇ ਤਾਂ ਸਮਝੋ ਹੁਣ ਇਹਦੇ ਦਿਨ ਬਦਲਣ ਵਾਲੇ ਆ, ਇਹਦੇ ਉੱਤੇ ਚੰਗਾ ਸਮਾਂ ਆਉਣ ਵਾਲਾ ਹੈ, ਇਹਨੂੰ ਇਹਦੇ ਕੰਮਾਂ ਕਾਰਾਂ ਦੇ ਵਿੱਚ ਤਰੱਕੀ ਮਿਲਣ ਵਾਲੀ ਆ। ਕਿਉਂਕਿ ਸੰਗਤ ਜੀ, ਆਪਾਂ ਸਭ ਜਾਣਦੇ ਹਾਂ ਜਿਸ ਬੰਦੇ ਦਾ ਮਨ ਖੁਸ਼ ਆ ਉਹਦਾ ਤਨ ਵੀ ਤੰਦਰੁਸਤ ਰਹੇਗਾ, ਅਤੇ ਜਿਸ ਬੰਦੇ ਦਾ ਮਨ ਅਤੇ ਤਨ ਦੋਵੇਂ ਤੰਦਰੁਸਤ ਨਰੋਏ ਹੋਣ, ਉਹ ਫਿਰ ਜਿਸ ਵੀ ਕੰਮ ਨੂੰ ਹੱਥ ਪਾਉਂਦਾ ਹੈ ਨਾ, ਉਸ ਕੰਮ ਦੇ ਵਿੱਚ ਉਹਨੂੰ ਸਫਲਤਾ ਜ਼ਰੂਰ ਮਿਲਦੀ ਆ, ਕਿਉਂਕਿ ਉਹ ਹਰੇਕ ਕੰਮ ਨੂੰ ਮਨ ਲਾ ਕੇ ਪੂਰੇ ਚਾਅ ਨਾਲ, ਪੂਰੀ ਮਿਹਨਤ ਦੇ ਨਾਲ ਕਰ ਪਾਉਂਦਾ ਹੈ। ਪਰ ਜੇਕਰ ਕਿਸੇ ਗੱਲੋਂ ਮਨ ਦੇ ਉੱਤੇ ਕੋਈ ਬੋਝ ਆ, ਸਾਡਾ ਮਨ ਦੁਖੀ ਆ, ਤਾਂ ਉਹ ਮਨ ਦੀ ਉਦਾਸੀ, ਪਰੇਸ਼ਾਨੀ ਸਾਡੇ ਕੰਮਾਂ ਕਾਰਾਂ ਨੂੰ ਵੀ ਪ੍ਰਭਾਵਿਤ ਕਰਦੀ ਆ ਅਤੇ ਸਾਡੇ ਤਨ ਨੂੰ ਵੀ ਪ੍ਰਭਾਵਿਤ ਕਰਦੀ ਆ, ਭਾਵ ਕਿ ਸਾਡੇ ਸਰੀਰ ਨੂੰ। ਜਦੋਂ ਵੀ ਸਾਡੇ ਮਨ ਦੇ ਉੱਤੇ ਕੋਈ ਬੋਝ ਹੁੰਦਾ ਹੈ, ਮਨ ਨੂੰ ਕੋਈ ਚਿੰਤਾ ਲੱਗ ਜਾਂਦੀ ਹੈ, ਤਾਂ ਚਿੰਤਾ ਸਾਡੇ ਸਰੀਰ ਦੇ ਪੱਲੇ ਵੀ ਕੁਝ ਨਹੀਂ ਛੱਡਦੀ, ਸਾਡੇ ਸਰੀਰ ਨੂੰ ਵੀ ਰੋਗੀ ਬਣਾ ਦਿੰਦੀ ਆ। ਜੇਕਰ ਮੰਨ ਲਓ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਨਹੀਂ ਵੀ ਲੱਗਾ, ਫਿਰ ਵੀ ਸਾਡੇ ਮਨ ਦੀ ਉਦਾਸੀ ਸਾਡੇ ਤਨ ਨੂੰ ਪ੍ਰਭਾਵਿਤ ਕਰਦੀ ਆ, ਸਾਡਾ ਤਨ, ਸਾਡਾ ਸਰੀਰ ਥੱਕਿਆ ਅੱਕਿਆ ਰਹਿੰਦਾ ਹੈ, ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਇਸ ਕਰਕੇ ਸਭ ਤੋਂ ਜ਼ਰੂਰੀ ਆ ਸਾਡੇ ਮਨ ਦੀ ਖੁਸ਼ੀ, ਆਪਣੇ ਮਨ ਦਾ ਖਿਆਲ ਰੱਖਣਾ ਹੈ। ਜਿੰਨਾ ਹੀ ਸਾਡਾ ਮਨ ਸ਼ਾਂਤ ਰਹੇਗਾ, ਸਾਡਾ ਮਨ ਖੁਸ਼ ਰਹੇਗਾ, ਉਨਾ ਹੀ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਸਫਲ ਹੋਵਾਂਗੇ। ਅਤੇ ਸਾਡੇ ਮਨ ਦੀ ਖੁਸ਼ੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਸਾਡਾ ਗੁੱਸਾ, ਸਾਡੇ ਮਨ ਦੀ ਈਰਖਾ, ਚਿੰਤਾਵਾਂ, ਸਟ੍ਰੈਸ, ਇਹਨਾਂ ਤੋਂ ਆਪਾਂ ਦੂਰ ਰਹਿਣਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਕੋਈ ਐਸੀ ਸਮੱਸਿਆ ਆ ਗਈ ਆ, ਕੋਈ ਪਰੇਸ਼ਾਨੀ ਆ ਗਈ ਆ ਜਿਹਦੇ ਕਰਕੇ ਤੁਸੀਂ ਪਰੇਸ਼ਾਨ ਰਹਿੰਦੇ ਹੋ, ਤਾਂ ਕੋਸ਼ਿਸ਼ ਕਰੋ ਕਿ ਉਹ ਪਰੇਸ਼ਾਨੀ, ਚਿੰਤਾ ਦਾ ਛੇਤੀ ਹੀ ਹੱਲ ਕੀਤਾ ਜਾਵੇ। ਜੇ ਤੁਹਾਡੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਤੁਸੀਂ
ਉਹ ਚਿੰਤਾ ਨੂੰ ਦੂਰ ਨਹੀਂ ਕਰ ਪਾਏ ਤਾਂ ਫਿਰ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ, ਕਿਉਂਕਿ ਜੋ ਕੰਮ ਅਸੀਂ ਨਹੀਂ ਨਾ ਕਰ ਪਾਉਂਦੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਰ ਦਿੰਦੇ ਨੇ, ਉਹ ਸਾਨੂੰ ਰਾਹ ਦਿਖਾ ਦੇਣਗੇ। ਅਤੇ ਜਦੋਂ ਹੀ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਕਰਦੇ ਹਾਂ, ਪਰਮਾਤਮਾ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੇ ਹਾਂ, ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੰਦੇ ਹਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਰਾਹ ਜ਼ਰੂਰ ਦਿਖਾਉਂਦੇ ਨੇ। ਤਾਂ ਹੀ ਤਾਂ ਮਹਾਂਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਚਿੰਤਾ ਹੋਵੇ, ਦੁੱਖ ਦੀ ਕੜੀ ਹੋਵੇ, ਦੁਖੀ ਨਾ ਹੋਵੋ, ਚਿੰਤਾ ਨਾ ਕਰੋ, ਚਿੰਤਨ ਕਰੋ। ਚਿੰਤਾ ਕੀਤਿਆਂ ਮਨ ਕਮਜ਼ੋਰ ਹੋਵੇਗਾ ਅਤੇ ਚਿੰਤਨ ਕੀਤਿਆਂ ਮਨ ਮਜ਼ਬੂਤ ਹੋਵੇਗਾ। ਸੋ ਮੁੱਕਦੀ ਗੱਲ ਇਹ ਹੈ ਕਿ ਜੇਕਰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਨਾ, ਸਭ ਤੋਂ ਜ਼ਰੂਰੀ ਆ ਸਾਡੇ ਮਨ ਦੀ ਖੁਸ਼ੀ। ਮਨ ਤੰਦਰੁਸਤ ਨਰੋਆ ਹੋਵੇ ਤਾਂ ਫਿਰ ਸਾਰੇ ਕੰਮ ਅੱਗੇ ਲੱਗ ਕੇ ਭੱਜੇ ਫਿਰਦੇ ਆ। ਉਸ ਤੋਂ ਬਾਅਦ ਕਹਿੰਦੇ ਸਾਡੇ ਉੱਤੇ ਚੰਗਾ ਸਮਾਂ ਆਉਣ ਦੀ ਨਿਸ਼ਾਨੀ ਆ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਉਣ ਲੱਗੇ, ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੋਣ ਲੱਗ ਗਏ, ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੇਖ ਕੇ ਉਹਦਾ ਦੁੱਖ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗ ਗਏ, ਭਾਵ ਕਿ ਜਦੋਂ ਹੀ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਭਲੇ ਦੀ ਭਾਵਨਾ ਆਉਂਦੀ ਹੈ ਨਾ, ਸਮਝੋ ਸਾਡਾ ਭਲਾ ਹੋਣਾ ਸ਼ੁਰੂ ਹੋ ਗਿਆ। ਜਦੋਂ ਅਸੀਂ ਕਿਸੇ ਤੇ ਤਰਸ ਕਰਦੇ ਹਾਂ ਤਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣ ਜਾਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਦੇ ਨੇ। ਇਸ ਕਰਕੇ ਮਨ ਦੇ ਵਿੱਚ ਭਲੇ ਦੀ ਭਾਵਨਾ ਰੱਖੋ, ਜਿੱਥੇ ਵੀ ਪਤਾ ਲੱਗੇ ਨਾ ਕਿ ਇਹ ਬੰਦਾ, ਇਹ ਜੀਵ ਜੰਤੂ ਦਰਦ ਦੇ ਵਿੱਚ ਆ, ਇਹਨੂੰ ਮੇਰੀ ਮਦਦ ਦੀ ਲੋੜ ਆ, ਤਾਂ ਉੱਥੇ ਜ਼ਰੂਰ ਅੱਗੇ ਵੱਧ ਕੇ ਉਹਦੀ ਮਦਦ ਕਰੋ। ਸੰਗਤ ਜੀ, ਧਰਤੀ ਦੇ ਸਾਰੇ ਹੀ ਜੀਵ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਰਚਨਾ ਹੈ, ਮਨੁੱਖ ਤੋਂ ਲੈ ਕੇ ਧਰਤੀ ਦਾ ਛੋਟਾ ਜਿਹਾ ਜੀਵ ਕੀੜੀ ਤੱਕ, ਇਹ ਸਭ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਰਚਨਾ ਹੈ। ਸਭ ਦੇ ਲਈ ਮਨ ਦੇ ਵਿੱਚ ਭਲੇ ਦੀ ਭਾਵਨਾ ਰੱਖਣੀ ਆ, ਕਦੇ ਵੀ ਭਲਾ ਕਰਦਿਆਂ ਮਨ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿੱਥੇ ਵੀ ਕਿਸੇ ਨੂੰ ਦਰਦ ਦੇ ਵਿੱਚ ਦੇਖੋ, ਜੇ ਉਹਦੀ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀ ਆ। ਸੱਚ ਕਰਕੇ ਜਾਣਿਓ, ਜੇ ਸਾਡੇ ਇਹਨਾਂ ਦੋਵਾਂ ਹੱਥਾਂ ਦੇ ਨਾਲ ਕੀਤੀ ਹੋਈ ਕਿਸੇ ਦੀ ਮਦਦ, ਇਹਨਾਂ ਦੋਵਾਂ ਹੱਥਾਂ ਦੇ ਨਾਲ ਕੀਤਾ ਹੋਇਆ ਭਲਾ ਕਈ ਹੱਥਾਂ ਦੇ ਰਾਹੀਂ ਵਾਪਸ ਆਉਂਦਾ ਹੈ। ਮਹਾਂਪੁਰਖ ਜੀ ਕਹਿੰਦੇ, ਜਦੋਂ ਅਸੀਂ ਕਿਸੇ ਦਾ ਵੀ ਭਲਾ ਕਰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਸਮਝੋ ਜਿਵੇਂ ਧਰਤੀ ਦੇ ਵਿੱਚ ਕਿਸਾਨ ਇੱਕ ਬੀਜ ਬੀਜਦਾ ਹੈ, ਤਾਂ ਉਹ ਇੱਕ ਬੀਜੇ ਹੋਏ ਬੀਜ ਤੋਂ ਕਿੰਨੇ ਗੁਣਾ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਉਸੇ ਹੀ ਤਰ੍ਹਾਂ ਸਾਡੇ ਵੱਲੋਂ ਕੀਤਾ ਹੋਇਆ ਇੱਕ ਭਲਾ ਸਾਡਾ ਪਤਾ ਨਹੀਂ ਕਿੰਨਾ ਭਲਾ ਕਰ ਸਕਦਾ ਹੈ। ਜਿੱਥੇ ਵੀ ਦੁਆਵਾਂ ਅਸੀਸਾਂ ਇਕੱਠੀਆਂ ਕਰਨ ਦਾ ਮੌਕਾ ਮਿਲੇ, ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ। ਜੇ ਪਰਮ ਪਿਤਾ ਪਰਮਾਤਮਾ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਜ਼ਰੂਰ ਕਰੋ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਿਰਫ ਪੈਸੇ ਦੇ ਨਾਲ ਹੀ ਮਦਦ ਕਰ ਸਕਦੇ ਹਾਂ, ਬਹੁਤ ਥਾਵਾਂ ਦੇ ਉੱਤੇ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ। ਹਮੇਸ਼ਾ ਜੋੜਨ ਵਾਲੀ ਬਿਰਤੀ ਰੱਖੋ, ਕਦੇ ਵੀ ਤੋੜਨ ਵਾਲੀ ਬਿਰਤੀ ਨਾ ਰੱਖਿਓ। ਕਿਸੇ ਦੇ ਘਰ ਪਰਿਵਾਰ ਦੇ ਵਿੱਚ ਕਲਾ ਕਲੇਸ਼ ਆ, ਉਹਨੂੰ ਮਿਟਾਉਣ ਦਾ ਯਤਨ ਕਰੋ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜੋੜਨ ਵਾਲਿਆਂ ਦੀ ਬੜੀ ਕਦਰ ਪਈ ਆ ਅਤੇ ਤੋੜਨ ਵਾਲਿਆਂ ਨੂੰ ਕੋਈ ਥਾਂ ਨਹੀਂ ਆ। ਇਸ ਕਰਕੇ ਜੋੜਨ ਵਾਲੇ ਬਣਨਾ ਹੈ। ਕਦੇ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਮਾੜੀ ਭਾਵਨਾ ਨਹੀਂ ਰੱਖਣੀ, ਬਸ ਭਲਾ ਕਰਨਾ ਹੈ, ਸਾਡਾ ਵੀ ਭਲਾ ਹੋਵੇਗਾ। ਜੇ ਪੈਸੇ ਦੇ ਨਾਲ ਮਦਦ ਨਹੀਂ ਕਰ ਸਕਦੇ, ਕਿਸੇ ਨੂੰ ਚੰਗੀ ਸਲਾਹ ਦੇ ਦਿਓ। ਜੋ ਵੀ ਅਸੀਂ ਜਿਸ ਵੀ ਭਾਵਨਾ ਦੇ ਨਾਲ ਕਿਸੇ ਦਾ ਭਲਾ ਕਰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਭਾਵੇਂ ਪੈਸੇ ਨਾਲ ਕਰਦੇ ਹਾਂ, ਰੋਟੀ ਨਾਲ, ਕੱਪੜੇ ਨਾਲ, ਚੰਗੀ ਸਲਾਹ ਦੇ ਕੇ ਜਾਂ
ਹੱਥੀਂ ਕਿਸੇ ਦੀ ਮਦਦ ਕੋਈ ਕਰਦੇ ਹਾਂ, ਕੋਈ ਵੀ ਸੇਵਾ ਕਰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਕੀਤੀ ਹੋਈ ਉਸ ਸੇਵਾ ਦਾ ਫਲ ਜ਼ਰੂਰ ਦਿੰਦੇ ਨੇ। ਉਸ ਤੋਂ ਬਾਅਦ ਆ ਤੀਸਰੀ ਨਿਸ਼ਾਨੀ, ਜਦੋਂ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਨਾ ਸ਼ੁਰੂ ਹੋ ਜਾਵੇ, ਜਦੋਂ ਹੀ ਅਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਸੇ ਦਿਨ ਤੋਂ ਹੀ ਭਲਾ ਹੋਵੇਗਾ, ਕਿਉਂਕਿ ਪਰਮਾਤਮਾ ਦਾ ਨਾਮ ਅੰਦਰ ਵੱਸਦਿਆਂ ਸਾਰ ਹੀ ਸਾਡੇ ਅੰਦਰ ਦਾ ਜਿਹੜਾ ਕਲੇਸ਼ ਹੈ ਨਾ ਉਹ ਮਿਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਅੰਦਰ ਦੇ ਕਲੇਸ਼ ਕਰਕੇ ਹੀ ਸਾਡੇ ਬਾਹਰੀ ਕਲੇਸ਼ ਪਏ ਰਹਿੰਦੇ ਨੇ। ਇਸ ਕਰਕੇ ਜਿੰਨਾ ਹੋ ਸਕੇ ਨਾਮ ਜਪ ਕਰਨਾ ਹੈ, ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ। ਜਿਸ ਵੀ ਤਰੀਕੇ ਦੇ ਨਾਲ ਕਰਦੇ ਹੋ ਉਸੇ ਤਰੀਕੇ ਦੇ ਨਾਲ ਕਰੋ, ਜਿਸ ਵੀ ਨਾਮ ਦੇ ਨਾਲ ਕਰਦੇ ਹੋ ਉਸੇ ਨਾਮ ਦੇ ਨਾਲ ਕਰੋ, ਪਰ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦਿਨ ਦੀ ਸ਼ੁਰੂਆਤ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰਨੀ ਆ। ਜਿੰਨਾ ਹੀ ਅਸੀਂ ਨਾਮ ਜਪ ਕਰਦੇ ਹਾਂ, ਸਿਮਰਨ ਸਾਧਨਾ ਕਰਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਉਨਾ ਹੀ ਸਾਡੇ ਮਨ ਨੂੰ ਬਲ ਮਿਲਦਾ ਹੈ, ਸਾਡਾ ਮਨ ਮਜ਼ਬੂਤ ਹੁੰਦਾ ਹੈ, ਸਾਡਾ ਮਨ ਸ਼ਾਂਤ ਹੁੰਦਾ ਹੈ। ਬਸ ਮੁੱਕਦੀ ਗੱਲ ਇਹ ਹੈ ਜੀ, ਜੋ ਸਾਨੂੰ ਮਿਲਣਾ ਸਾਡੇ ਮਨ ਕਰਕੇ ਮਿਲਣਾ ਹੈ ਅਤੇ ਸਾਡੇ ਕਰਮਾਂ ਦੇ ਅਨੁਸਾਰ ਮਿਲਣਾ ਹੈ। ਜੇ ਚੰਗੇ ਕੰਮ ਕਰਕੇ ਚੰਗੇ ਕਰਮ ਬਣਾਵਾਂਗੇ ਤਾਂ ਸਭ ਕੁਝ ਚੰਗਾ ਚੰਗਾ ਹੋਵੇਗਾ। ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ, ਭਲਾ ਅਸੀਂ ਆਪਣੇ ਆਪ ਦੇ ਲਈ ਕਰ ਰਹੇ ਹਾਂ ਭਾਵੇਂ ਕਿਸੇ ਦੇ ਲਈ ਕਰ ਰਹੇ ਹਾਂ, ਉੱਥੇ ਆਪਣੇ ਕਰਮਾਂ ਦਾ ਧਿਆਨ ਜ਼ਰੂਰ ਰੱਖਣਾ। ਇਹ ਜ਼ਰੂਰ ਦੇਖਣਾ ਕਿ ਜੋ ਕੰਮ ਅੱਜ ਮੈਂ ਕਰ ਰਿਹਾ ਹੈ ਨਾ ਇਹਦਾ ਨਤੀਜਾ ਕੀ ਮਿਲਣਾ ਹੈ, ਇਸੇ ਨੇ ਹੀ ਮੇਰੇ ਕਰਮ ਬਣਨੇ ਆ। ਜਦੋਂ ਇਹ ਗੱਲ ਧਿਆਨ ਵਿੱਚ ਰੱਖਾਂਗੇ ਕਦੇ ਵੀ ਕੋਈ ਮਾੜਾ ਕੰਮ ਕਰਕੇ ਮਾੜਾ ਕਰਮ ਨਹੀਂ ਬਣਾਵਾਂਗੇ।